ਇਹੋ ਬੰਦੇ ਨੂੰ ਮੁੱਖ ਮੰਤਰੀ ਬਣਾਤਾ ਜਿਹੜਾ ਭੰਗੜੇ ਪਾਉਂਦਾ ਰਿਹਾ 111 ਦਿਨ ਬੱਕਰੀਆਂ ਚੋਂਦਾ ਰਿਹਾ ਮੰਜੇ ਬੁੰਦਾ ਰਿਹਾ ਟੈਂਟ ਲਾਉਂਦਾ ਰਿਹਾ ਔਰ ਇਹੋ ਜਿਹੇ ਬੰਦੇ ਨੂੰ ਬਣਾ ਗਿਆ ਜੋ ਨੁਕਸਾਨ ਸਾਰੇ ਵਰਕਰਾਂ ਦਾ ਹੋਇਆ ਇਹਦੇ ਵਿੱਚ ਮੈਂ ਕਿਹਾ ਉਹ ਗੇਟ ਤੋਂ ਅੰਦਰ ਨਹੀਂ ਆਉਣਾ ਚਾਹੀਦਾ ਉਹਨੂੰ ਆਪਣੇ ਆਪ ਸ਼ਰਮ ਆਉਣੀ ਚਾਹੀਦੀ ਹੈ ਉਹਨੂੰ ਸ਼ਰਮ ਆਪਣੇ ਆਪ ਆਉਣੀ ਚਾਹੀਦੀ ਹੈ ਬੱਕਰੀਆਂ ਬੱਕਰੀਆਂ ਪਾਲਵੇ ਉਹ ਗੇਟ ਤੋਂ ਅੰਦਰ ਨਾ ਆਵੇ ਜਿੰਨੇ ਕਾਂਗਰਸ ਦਾ ਬੇੜਾ ਕਰਕੇ ਇਹ ਤੇ ਇਹ ਬਸ਼ਰਮ ਲੋਕਾਂ ਨੂੰ ਉਹ ਪੰਜਾਬ ਭਵਨ ਦਾ ਗੇਟ ਆ ਉਹਦੇ ਦੇ ਅੰਦਰ ਪੈਰ ਪਾਉਣ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਬਾਹਰ ਹੀ ਮੁੜ ਜਾਣਾ ਚਾਹੀਦਾ ਕਿਹਦੇ ਲਈ ਤੁਸੀਂ ਕਹਿੰਦੇ ਹੋ ਇਹ ਚੰਨੀ ਹੋਇਆ ਰਾਣੇ ਗੁਰਜੀਤ ਵਰਗੇ ਹੋਏ ਇੱਕ ਦੋ ਹੋਰ ਨਾਮ ਬਾਅਦ ਚ ਯਾਰ ਕਰਾਂਗੇ ਜਿਹੜੇ ਹਾਈ ਕਮਾਂਡ ਵਾਲੇ ਸੀਗੇ ਜਿਨ੍ਹਾਂ ਨੇ ਇਹ ਪੈਸੇ ਲੈ ਕੇ ਤੇ ਇਹ ਬੇੜਾ ਗਰਕ ਕੀਤਾ ਜਿਨ੍ਹਾਂ ਨੇ ਸਚਾਈ ਜਿਹੜੀ ਆ ਔਰ ਜਿਹੜਾ ਇਹ ਐਕਸ਼ਨ ਨਹੀਂ ਹੁੰਦਾ ਸੁਰਿੰਦਰ ਰੋਲ ਹਾਂਜੀ ਕਿਵੇਂ ਸਭ ਕੀ ਕਾਰਨ ਮੰਨਦੇ ਹੋ ਹਾਰ ਦੇ ਪਿੱਛੇ ਕੀ ਕਾਰਨ ਰਹੇ ਨੇ ਬੇਟੇ हार के पिछे कारण कांग्रेस ही कांग्रेस नूं हराउंदी है कोई दूजा बंदा नहीं हरा सकता ਇਹ ਮੈਨੂੰ ਤਾਂ ਲੱਗਦਾ ਮੰਥ ਨੇ ਹੈ ਵੀ 18 ਸੀਟਾਂ ਕਿੱਦਾਂ ਗਈਆਂ ਇੰਨੀ ਕੋਸ਼ਿਸ਼ ਕੀਤੀ 111 ਦਿਨਾਂ ਦੇ ਵਿੱਚ ਵੀ ਸਾਫ਼ ਹੋ ਜਾਵੇ ਕਾਂਗਰਸ ਪਰ ਫਿਰ ਵੀ ਕਿਤੇ ਕਿਤੇ 32 ਕੋਹ ਤੇ ਦੀਵਾ ਜਗਦਾ ਉਹ ਹਿਸਾਬ ਆ ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਆ ਵੀ ਇੱਕ ਕੈਪਟਨ ਮਨਿੰਦਰ ਸਿੰਘ ਵਰਗੇ ਬੰਦੇ ਨੂੰ ਲਾ ਕੇ ਜਿਹਦਾ ਡਿਸਪਲਿਨ ਸੀ ਚਲੋ ਫਿਰ ਵੀ ਡਰ ਸੀ ਜਿਹਦਾ ਪਾਰਟੀ ਦੇ ਵਿੱਚ ਇਹੋ ਜਿਹੇ ਬੰਦੇ ਨੂੰ ਮੁੱਖ ਮੰਤਰੀ ਬਣਾਤਾ ਜਿਹੜਾ ਭੰਗੜੇ ਪਾਉਂਦਾ ਰਿਹਾ 111 ਦਿਨ ਬੱਕਰੀਆਂ ਚੋਂਦਾ ਰਿਹਾ ਮੰਜੇ ਬੁੰਦਾ ਰਿਹਾ ਟੈਂਟ ਲਾਉਂਦਾ ਰਿਹਾ ਔਰ ਇਹੋ ਜਿਹੇ ਬੰਦੇ ਨੂੰ ਬਣਾ ਗਿਆ ਜੋ ਨੁਕਸਾਨ ਸਾਰੇ ਵਰਕਰਾਂ ਦਾ ਹੋਇਆ ਇਹਦੇ ਵਿੱਚ ਇਹਦੇ ਵਿੱਚ ਕਿਸੇ MLA ਦਾ ਜਾਂ ਅਸੀਂ ਹਾਰੇ ਸਾਡਾ ਘਟਿਆ ਵਰਕਰਾਂ ਦਾ ਜ਼ਿਆਦਾ ਨੁਕਸਾਨ ਹੋਇਆ ਤੇ ਤੁਸੀਂ ਮੁੱਖ ਮੰਤਰੀ ਚੰਨੀ ਦੇ ਤੇ ਗੱਲ ਕਰ ਰਹੇ ਹੋ ਨਾਲ ਨਾਲ ਨਵਜੋਤ ਸਿੰਘ ਸਿੱਧੂ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਤੁਸੀਂ ਮੰਨਦੇ ਹੋ ਸਾਹਿਬ ਸਿੱਧੂ ਸਾਹਿਬ ਨੂੰ ਤਾਂ ਦੇਖੋ ਜਦੋਂ ਕੈਂਡੀਡੇਟ ਜਦੋਂ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਤਾ ਚੰਨੀ ਨੂੰ ਤੇ ਸਿੱਧੂ ਸਾਹਿਬ ਦਾ ਤਾਂ ਉੱਥੇ ਕੰਮ ਖਤਮ ਹੋ ਗਿਆ ਜਦੋਂ ਅਗਲੀ ਆਉਣ ਵਾਲੇ ਆਪਾਂ ਭਵਿੱਖੀ ਫੜਾਤਾ ਉੱਥੇ ਦੂਜੇ ਦਾ ਤਾਂ ਕੰਮ ਖਤਮ ਹੋ ਜਾਂਦਾ ਇਹ ਤੇ ਜਿਹੜੀ ਮਿਸਲੀਡ ਕੀਤਾ ਹਾਈ ਕਮਾਂਡ ਨੂੰ ਬੜਾ ਵੱਡੇ ਤੌਰ ਤੇ ਪਲੈਨਿੰਗ ਹੋਈ ਆ ਔਰ ਇਹ ਲਾਲਚ ਕਰਕੇ ਮੈਂ ਸਮਝਦਾ ਇਹ ਵੇਖੋ ਮੇਰੇ ਹਲਕੇ ਦੇ ਵਿੱਚ ਰਾਣੇ ਗੁਰਜੀਤ ਇੱਕ ਮੌਜੂਦਾ ਕਾਂਗਰਸ ਦਾ ਮੰਤਰੀ ਹੋ ਕੇ ਆਪਣੇ ਬੇਟੇ ਨੂੰ ਖੜਾ ਕੀਤਾ ਤੇ ਲਗਾਤਾਰ 2 ਮਹੀਨੇ ਉਹਦੇ ਲਈ ਪ੍ਰਚਾਰ ਕੀਤਾ ਭੱਜ ਕੇ ਪੈਸੇ ਸ਼ਰਾਬ ਪਰਚਾ ਵੀ ਤੁਸੀਂ ਦੇਖੇ ਹੋਏ ਕਿੰਨੇ ਕੀ ਕੁਝ ਕੀਤਾ ਉਹਨੂੰ ਨਹੀਂ ਹਟਾ ਸਕੇ ਤੇ ਫਿਰ ਇਹ ਹਾਈ ਕਮਾਂਡ ਉਹ ਕਹਿੰਦਾ ਹੁੰਦਾ ਹਾਈ ਤੇ ਕਮਾਂਡ ਹੈ ਹੀ ਨਹੀਂ ਬਾਕੀ ਅੱਜ ਪਤਾ ਲੱਗਿਆ ਹਾਈ ਤੇ ਕਮਾਂਡ ਹੈ ਹੀ ਨਹੀਂ ਇਹ ਤੇ ਇਹ ਬਸ਼ਰਮ ਲੋਕਾਂ ਨੂੰ ਉਹ ਪੰਜਾਬ ਭਵਨ ਦਾ ਗੇਟ ਆ ਉਹਦੇ ਦੇ ਅੰਦਰ ਪੈਰ ਪਾਉਣ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਬਾਹਰ ਹੀ ਮੁੜ ਜਾਣਾ ਚਾਹੀਦਾ ਕਿਹਦੇ ਲਈ ਤੁਸੀਂ ਕਹਿ ਰਹੇ ਹੋ ਇਹ ਚੰਨੀ ਹੋਇਆ ਰਾਣੇ ਗੁਰਜੀਤ ਵਰਗੇ ਹੋਏ ਇੱਕ ਦੋ ਹੋਰ ਨਾਮ ਬਾਅਦ ਚ ਯਾਰ ਕਰਾਂਗੇ ਜਿਹੜੇ ਹਾਈ ਕਮਾਂਡ ਵਾਲੇ ਸੀਗੇ ਜਿਨ੍ਹਾਂ ਨੇ ਇਹ ਪੈਸੇ ਲੈ ਕੇ ਤੇ ਇਹ ਬੇੜਾ ਗਰਕ ਕੀਤਾ ਜਿਨ੍ਹਾਂ ਨੇ ਸਚਾਈ ਜਿਹੜੀ ਆ ਔਰ ਜਿਹੜਾ ਇਹ ਐਕਸ਼ਨ ਨਹੀਂ ਹੁੰਦਾ ਉਹਨਾਂ ਤੋਂ ਪਹਿਲਾਂ ਵੀ ਇਹ ਐਲੀਗੇਸ਼ਨ ਲੱਗੇ ਤੁਹਾਡੇ ਰਾਜ ਸਭਾ ਮੈਂਬਰ ਹੈਗੇ ਸ਼ਮਸ਼ੇਰ ਸਿੰਘ ਦੁੱਲੋ ਉਹਨਾਂ ਨੇ ਵੀ ਇਹੀ ਆਰੋਪ ਲਾਏ ਕਿ ਟਿਕਟਾਂ ਜਿਹੜੀ ਉਹ ਵੇਚੀਆਂ ਗਈਆਂ ਵੰਡੀਆਂ ਨਹੀਂ ਗਈਆਂ ਵੇਚੀਆਂ ਗਈਆਂ ਪੈਸੇ ਲੈ ਕੇ ਉਹ ਟਿਕਟਾਂ ਦੇ ਵੇਚੀਆਂ ਵੱਖਰੀ ਗੱਲ ਆ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਉਹਨਾਂ ਨੂੰ ਹਰਾਉਣ ਦੇ ਪੈਸੇ ਲੈ ਗਏ ਆ ਵੀ ਐਕਸ਼ਨ ਨਾ ਹੋਵੇ ਇੱਥੇ ਤੇ ਇਹ ਹਾਲਾਤ ਬਣੇ ਆ ਇਹ ਤੇ ਹੁਣ ਜੇ ਤੇ ਪਾਰਟੀ ਸਹੀ ਫੈਸਲਾ ਕਰੂਗੀ ਤੇ ਬਚੂਗੀ ਨਹੀਂ ਤੇ ਪੰਜ ਸੂਬਿਆਂ 'ਚ ਤੁਸੀਂ ਹਾਲ ਦੇਖ ਲਓ ਕੀ ਹੋ ਗਿਆ ਅੱਜ ਜੇ ਚੰਗੇ ਬੰਦੇ ਅੱਗੇ ਲਾਉਂਗੇ ਤੇ ਬਚਾਅ ਹੋਣਾ ਨਹੀਂ ਤਾਂ ਨਹੀਂ ਹੋਣਾ ਕੱਲ੍ਹ ਤੁਹਾਡੇ ਇੱਕ ਸਾਥੀ ਵਿਧਾਇਕ ਸੀਗੇ ਜਿਹੜਾ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਕਿ ਚੰਨੀ ਨੂੰ ਜਿਹੜਾ ਹੈ ਕਾਂਗਰਸ ਤੋਂ ਹੀ ਸਾਈਡ ਕਰ ਦੇਣਾ ਚਾਹੁੰਦੇ ਮੈਂ ਕਿਹਾ ਉਹ ਗੇਟ ਤੋਂ ਅੰਦਰ ਨਹੀਂ ਆਉਣਾ ਚਾਹੀਦਾ ਉਹਨੂੰ ਆਪਣੇ ਆਪ ਸ਼ਰਮ ਆਉਣੀ ਚਾਹੀਦੀ ਹੈ ਉਹਨੂੰ ਸ਼ਰਮ ਆਪਣੇ ਆਪ ਆਉਣੀ ਚਾਹੀਦੀ ਹੈ ਬੱਕਰੀਆਂ ਬੱਕਰੀਆਂ ਪਾਲਵੇ ਉਹ ਗੇਟ ਤੋਂ ਅੰਦਰ ਨਾ ਆਵੇ ਜਿੰਨੇ ਕਾਂਗਰਸ ਦਾ ਬੇੜਾ ਕਰਕੇ ਤੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਕੀ ਕਹੋਗੇ ਉਹ ਹਾਈ ਕਮਾਂਡ ਨੇ ਅਸਤੀਫਾ ਮੰਗਿਆ ਹੁਣ ਦੇਖੋ ਅਗਲਾ ਕੀ ਫੈਸਲਾ ਹੁੰਦਾ ਉਹਦੇ ਤੇ ਵੇਟ ਕਰਦੇ ਹਾਂ ਥੈਂਕ ਯੂ